Hello and welcome to Launchpad Education Punjab. Punjab exam series, jo ki thode excise inspector, gram sevak, patwari, Punjab police, forest guard, te clerk lai bahut important hai. Us de vich aaj assi karan ja rahe haan Punjab GK. Theek hai ji? 107 excise and taxation inspector diyan vacancies ne batch shuru ho chuka hai. Je tusi is exam nu target kar rahe ho ਅਤੇ ਇਸਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਾਂਚਪੈਡ ਐਜੂਕੇਸ਼ਨ ਦਾ ਬੈਚ ਜੁਆਇਨ ਕਰ ਸਕਦੇ ਹੋ ਅਤੇ ਐਡੀਸ਼ਨਲ ਡਿਸਕਾਊਂਟਸ ਲਈ ਤੁਸੀਂ ਕੋਡ ਯੂਜ ਕਰ ਸਕਦੇ ਹੋ ਐਲ ਪੀ ਜਪਲੀ. ਸਿਮੀਲਰਲੀ 792 ਵੀਕੈਂਸੀਜ਼ ਨੇ ਪੀ ਟ੍ਰਿਪਲ ਐੱਸ ਬੀ ਗ੍ਰਾਮ ਸੇਵਕ ਲਈ ਅਤੇ 917 ਵੀਕੈਂਸੀਜ਼ ਨੇ ਪੀ ਟ੍ਰਿਪਲ ਐੱਸ ਬੀ ਕਲਰਕ ਲਈ. ਡਾਟਾ ਐਂਟਰੀ ਓਪਰੇਟਰ ਦੀਆਂ ਬਹੁਤ ਸਾਰੀਆਂ ਪੋਸਟ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ. ਪੰਜਾਬ ਸਰਕਾਰ ਤੁਹਾਡੇ ਲਈ ਓਪਰਚੁਨਿਟੀਜ਼ ਕ੍ਰੀਏਟ ਕਰ ਰਿਹਾ ਹੈ, ਤੁਸੀਂ ਬਸ ਹੁਣ ਤਿਆਰੀ ਕਰਕੇ ਐਗਜ਼ਾਮ ਵਿੱਚ ਅਪੀਅਰ ਹੋਣਾ ਹੈ ਅਤੇ ਇਸ ਦੀ ਪ੍ਰੈਪਰੇਸ਼ਨ ਤੁਸੀਂ ਲਾਂਚਪੈਡ ਐਜੂਕੇਸ਼ਨ ਪੰਜਾਬ ਨਾਲ ਕਰ ਸਕਦੇ ਹੋ. ਅਸੀਂ ਤੁਹਾਡੇ ਲਈ ਸਪੈਸ਼ਲੀ ਇੱਕ ਬੈਚ ਲੈ ਕੇ ਆਏ ਹਾਂ, ਦ ਪੰਜਾਬ ਕੋਰ ਬੈਚ, ਜਿਹਦੇ ਵਿੱਚ ਤੁਸੀਂ ਹਰ ਤਰ੍ਹਾਂ ਦੇ ਸਿੰਗਲ ਸਟੇਜ ਪੰਜਾਬ ਐਗਜ਼ਾਮਸ ਦੀ ਤਿਆਰੀ ਕਰ ਸਕਦੇ ਹੋ. ਤੁਹਾਨੂੰ ਵੱਖਰੇ ਵੱਖਰੇ ਬੈਚਸ ਖਰੀਦਣ ਦੀ ਲੋੜ ਨਹੀਂ ਪਏਗੀ. ਇੱਕ ਬੈਚ ਨੂੰ ਬਾਏ ਕਰਕੇ ਤੁਸੀਂ ਕਲਾਸਿਸ ਲਈ ਐਲੀਜੀਬਲ ਹੋ ਜਾਓਗੇ ਅਤੇ ਤੁਹਾਨੂੰ 1 ਈਅਰ ਵੈਲਿਡਿਟੀ ਵੀ ਮਿਲਦੀ ਹੈ. ਤੁਸੀਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਅਟੈਂਡ ਕਰ ਸਕਦੇ ਹੋ ਅਤੇ ਐਲ ਪੀ ਜਪਲੀਨ ਕੋਡ ਯੂਜ ਕਰਕੇ ਤੁਸੀਂ ਐਡੀਸ਼ਨਲ ਡਿਸਕਾਊਂਟ ਵੀ ਲੈ ਸਕਦੇ ਹੋ. ਇਸ ਤੋਂ ਇਲਾਵਾ ਜੇ ਤੁਸੀਂ ਯੂ ਪੀ ਐੱਸ ਸੀ ਜਾਂ ਪੀ ਸੀ ਐੱਸ, ਆਈ ਏ ਐੱਸ, ਆਈ ਪੀ ਐੱਸ, ਐੱਸ ਡੀ ਐੱਮ, ਇਹੋ ਜਿਹੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਨਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਔਫਿਸਰ ਲੈਵਲ ਲਈ, ਉਹਦੇ ਲਈ ਸਾਡੇ ਕੋਲ ਮਾਰਨਿੰਗ ਐਂਡ ਈਵਨਿੰਗ ਬੈਚਸ ਨੇ. ਔਫਲਾਈਨ ਔਨਲਾਈਨ ਲਾਈਵ ਕਲਾਸਿਸ ਅਵੇਲੇਬਲ ਨੇ. ਫਰੀ ਡੈਮੋ ਕਲਾਸਿਸ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ. ਤੁਹਾਨੂੰ ਪੂਰਾ ਬੈਸਟ ਸਟੱਡੀ ਮਟੀਰੀਅਲ ਜੋ ਪ੍ਰੋਵਾਈਡ ਕੀਤਾ ਜਾਂਦਾ ਹੈ, ਪ੍ਰੋਪਰ ਟੈਸਟ ਦਿੱਤੇ ਜਾਂਦੇ ਹੈ. ਤੁਸੀਂ ਯੂਟਿਊਬ ਚੈਨਲ 'ਤੇ ਜਾ ਕੇ ਵੀ ਸਾਡੀ ਜਿਹੜਾ ਪ੍ਰੈਪਰੇਸ਼ਨ ਦਾ ਸਟਾਈਲ ਹੈ ਉਹ ਦੇਖ ਸਕਦੇ ਹੋ. ਉਸ ਦੇ ਲਈ ਕੋਡ ਹੈ ਐਲ ਪੀ ਜਪਲੀਨ 10. ਨਵਾਂ ਬੈਚ ਸ਼ੁਰੂ ਹੋਣ ਵਾਲਾ ਹੈ ਅਤੇ ਤੁਸੀਂ ਫਟਾਫਟ ਐਨਰੋਲ ਕਰ ਸਕਦੇ ਹੋ. ਹੁਣ ਆ ਗਏ ਪੰਜਾਬ ਜੀ ਕੇ ਦੇ ਕੁਐਸਚਨਸ. ਚਲੋ ਜੀ, ਸਭ ਤੋਂ ਪਹਿਲਾ ਕੁਐਸਚਨ ਹੈ, ਦ ਸਿੱਖ ਗੁਰਦੁਆਰਾ ਐਕਟ ਵਾਜ਼ ਪਾਸਡ ਇਨ. ਵੈਰੀ ਗੁੱਡ, ਹਰੀਸ਼ ਇਜ਼ ਆਲਰੇਡੀ ਆਨਸਰਡ. ਦ ਸਿੱਖ ਗੁਰਦੁਆਰਾ ਐਕਟ ਵਾਜ਼ ਪਾਸਡ ਇਨ. ਗੁੱਡ ਮਾਰਨਿੰਗ. ਸੋ ਦੀ ਆਨਸਰ ਟੂ ਦਿਸ ਇਜ਼ ਡੀ, 1925. ਸੋ ਇਟ ਇਜ਼ ਨੋਟ 1920, ਇਟ ਇਜ਼ ਡੀ, 1925. Which city is famous for sports goods in Punjab? Good morning, Ravneet. Which city is famous for sports goods in Punjab? Keda sheher hai Punjab da jehda janna manna hai te jide vich sports goods di manufacturing zyada hundi hai? Very good, Sachin. Ravneet, Juhi, very good. The answer is ਜਲੰਧਰ. ਸੋ ਜਲੰਧਰ ਨੂੰ ਸਪੋਰਟਸ ਹੱਬ ਵੀ ਮੰਨਿਆ ਜਾਂਦਾ ਹੈ. ਬਹੁਤ ਸਾਰੇ ਇੱਥੇ ਮੈਨੂਫੈਕਚਰਰਸ ਨੇ ਜਿਹੜੇ ਸਪੋਰਟਸ ਗੁੱਡ, ਸਪੈਸ਼ਲੀ ਕ੍ਰਿਕਟ ਬੈਟਸ, ਰਾਈਟ? ਚਲੋ ਜੀ, ਦ ਸਰਹੰਦ ਕਨਾਲ ਇਜ਼ ਏ ਲਾਰਜ ਇਰੀਗੇਸ਼ਨ ਕਨਾਲ ਦੈਟ ਕੈਰੀਜ਼ ਵਾਟਰ ਫਰੋਮ ਦੀ ਡੈਸ਼ ਰਿਵਰ. ਸੋ ਜਿਹੜਾ ਸਰਹੰਦ ਕਨਾਲ ਹੈ ਉਹ ਕਿਹੜੀ ਰਿਵਰ ਤੋਂ, ਪੰਜਾਬ ਦੇ ਕਿਹੜੇ ਆਬ ਤੋਂ ਆਪਣਾ ਪਾਣੀ ਜਿਹੜਾ ਉਹ ਲੈਂਦਾ ਹੈ? ਸਰਹੰਦ ਕਨਾਲ, ਬਿਆਸ, ਸਤਲੁਜ, ਚਨਾਬ ਜਾਂ ਫਿਰ ਰਾਵੀ? ਗੁੱਡ ਮਾਰਨਿੰਗ ਜੋਤੀ. ਚਲੋ ਜੀ, ਵੈਰੀ ਗੁੱਡ. ਸੋ ਦੀ ਆਨਸਰ ਇਜ਼ ਬੀ, ਸਤਲੁਜ. ਬਿਲਕੁਲ ਸਹੀ, ਵੈਰੀ ਗੁੱਡ ਐਵਰੀਬਡੀ. ਚਲੋ ਜੀ, ਨੈਕਸਟ ਕੁਐਸਚਨ.
The Ranjit Sagar Dam is previously known as is नहीं was आना चाहिए था वैसे was previously known as the Ranjit Sagar Dam was previously known as very good the answer is C Thane Dam very good ठीक है चलो जी next Which among the following district doesn't fall under the Doaba area in Punjab? So, ਸਾਨੂੰ ਪਤਾ ਹੈ ਪੰਜਾਬ ਦੇ ਜਿਹੜੇ major regions ਨੇ ਉਹਨਾਂ ਦੇ ਵਿੱਚ ਫਿਰ ਅੱਗੇ districts ਜਿਹੜੇ categorize ਕੀਤੇ ਹੋਏ ਹੈ. So, Doaba region ਵਿੱਚ ਇਹਨਾਂ ਵਿੱਚੋਂ ਕਿਹੜਾ district ਨਹੀਂ ਆਉਂਦਾ? ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਜਲੰਧਰ. Doesn't fall under Doaba. ਜਲੰਧਰ ਇਜ਼ ਵੈਰੀ ਮੱਚ ਦੀ ਪਾਰਟ ਆਫ ਦੁਆਬਾ ਦੁਆਬੇ ਵਿੱਚ ਜਿਹੜਾ ਨਹੀਂ ਆਉਂਦਾ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ ਵੈਰੀ ਗੁੱਡ ਦੀ ਆਨਸਰ ਇਜ਼ ਸੀ ਪਠਾਨਕੋਟ ਸੋ ਹੁਸ਼ਿਆਰਪੁਰ ਨਵਾਂਸ਼ਹਿਰ ਅਤੇ ਜਲੰਧਰ ਦੁਆਬਾ ਦਾ ਹੀ ਪਾਰਟ ਨੇ ਪਠਾਨਕੋਟ ਇਜ਼ ਨੋਟ ਅ ਪਾਰਟ ਆਫ ਦਾ ਦੁਆਬਾ ਰੀਜਨ ਨੈਕਸਟ ਡੈਸ਼ ਅਟਰਡ ਬਾਬਾ ਬਕਾਲੇ ਮੀਨਿੰਗ ਦੈਟ ਦੀ ਗੁਰੂਜ਼ ਸਕਸੈਸਰ ਵਾਜ਼ ਟੂ ਬੀ ਫਾਊਂਡ ਐਟ ਦ ਟਾਊਨ ਆਫ ਬਕਾਲਾ ਕਿਹੜੇ ਗੁਰੂ ਸਾਹਿਬਾਨ ਜਾਂਦੇ ਜਾਂਦੇ ਕਹਿ ਗਏ ਸੀ ਬਾਬਾ ਬਕਾਲੇ ਜਿਹਦਾ ਮਤਲਬ ਇਹ ਸੀ ਕਿ ਅਗਲਾ ਗੁਰੂ ਜੋ ਹੈ ਉਹ ਬਕਾਲੇ ਸ਼ਹਿਰ ਦੇ ਵਿੱਚ ਮਿਲੇਗਾ ਜੋਤੀ ਸੇਜ਼ ਨੋਟ ਨਹੀਂ ਦੇਖਿਆ ਦੈਟ ਇਜ਼ ਵਾਈ ਆਈ ਆਲਵੇਜ਼ ਸੇ ਕੁਐਸਚਨ ਨੂੰ ਦੋ ਵਾਰ ਧਿਆਨ ਨਾਲ ਪੜ੍ਹੋ ਰਾਈਟ ਵੈਰੀ ਗੁੱਡ ਸੋ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਹਿ ਕੇ ਗਏ ਸੀ ਬਾਬਾ ਬਕਾਲੇ ਅਤੇ ਉਹਨਾਂ ਦਾ ਜਿਹੜਾ ਰੈਫਰੈਂਸ ਸੀ ਕਿ ਬਾਬਾ ਬਕਾਲੇ ਮਤਲਬ ਗੁਰੂ ਤੇਗ ਬਹਾਦਰ ਜੀ ਤੁਹਾਨੂੰ ਬਕਾਲੇ ਚੋਂ ਲੱਭਣਗੇ ਉੱਥੇ ਤੁਹਾਡਾ ਨੌਵਾਂ ਗੁਰੂ ਹੈ ਤਾਂ ਉਹ ਲੋਕਾਂ ਨੂੰ ਕੀ ਸੰਦੇਸ਼ ਦੇ ਕੇ ਗਏ ਸੀ ਕਿ ਬਕਾਲੇ ਜਾਓ ਉੱਥੋਂ ਸਿੱਖ ਧਰਮ ਦੇ ਜਿਹੜੇ ਨੌਵੇਂ ਗੁਰੂ ਹੈ ਉਹ ਤੁਹਾਨੂੰ ਉੱਥੇ ਮਿਲਣਗੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀ ਕਹਿ ਕੇ ਗਏ ਸੀ ਬਾਬਾ ਬਕਾਲਾ ਠੀਕ ਹੈ ਜੀ ਚਲੋ ਗਗਨ ਮੈਂ ਥਾਲ ਇਜ਼ ਅ ਪ੍ਰੇਅਰ ਇਨ ਸਿੱਖ ਰਿਲੀਜਨ ਵਿਚ ਵਾਜ਼ ਫਸਟ ਰਿਸਾਈਟਿਡ ਬਾਏ ਗਗਨ ਮੈਂ ਥਾਲ ਸਟਾਰਟਿੰਗ ਲਾਈਨ ਆਫ ਦੀ ਆਰਤੀ ਰਾਈਟ ਪ੍ਰੇਅਰ ਇਨ ਦਾ ਸਿੱਖ ਰੈਲੀਜਨ ਵਿਚ ਵਾਜ ਫਸਟ ਰਿਸਾਈਟਿਡ ਬਾਏ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਤੇਗ ਬਹਾਦਰ ਜੀ ਰਾਈਟ ਵੈਰੀ ਗੁੱਡ ਸਚਿਨ ਰਵਨੀਤ ਸਾਕਸ਼ੀ ਹਰੀਸ਼ ਵੈਰੀ ਗੁੱਡ ਦੀ ਆਨਸਰ ਇਜ਼ ਏ ਗੁਰੂ ਨਾਨਕ ਦੇਵ ਜੀ ਸੋ ਸਾਖੀ ਕਹਿੰਦੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਤੇ ਜਗਨਨਾਥਪੁਰੀ ਵਾਲੇ ਪਾਸੇ ਗਏ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਮੰਦਿਰ ਵਿੱਚ ਆਰਤੀ ਹੋ ਰਹੀ ਹੈ ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਦੀਪ ਨੇ ਬਾਤੀਆਂ ਨੇ ਉਹਨਾਂ ਨਾਲ ਆਰਤੀ ਨਹੀਂ ਕਰਨੀ ਗਗਨ ਸਾਡਾ ਥਾਲ ਹੈ ਠੀਕ ਹੈ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਜਿਹੜੇ ਤਾਰੇ ਤੇ ਮੂਨਸ ਨੇ ਉਹ ਦੀਪਕ ਬਣਨਗੇ ਤੇ ਅਸੀਂ ਯੂਨੀਵਰਸ ਨੂੰ ਦੇਖ ਕੇ ਆਰਤੀ ਕਰਾਂਗੇ ਠੀਕ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਆਰਤੀ ਦਿੱਤੀ ਮੜੀ ਦਾ ਦੀਵਾ ਲਾਈਟ ਆਫ ਅ ਟੂਮ ਇਜ਼ ਅ ਫੇਮਸ ਨੋਵਲ ਬਾਏ ਬਹੁਤ ਹੀ ਵਧੀਆ ਨੋਵਲ ਹੈ ਜੇ ਤੁਸੀਂ ਪੰਜਾਬੀ ਵਿੱਚ ਜਾਂ ਉਹਦਾ ਟ੍ਰਾਂਸਲੇਸ਼ਨ ਇੰਗਲਿਸ਼ 'ਚ ਪੜ੍ਹੋ ਮੜੀ ਦਾ ਦੀਵਾ ਇਟ ਇਜ਼ ਅ ਫੇਮਸ ਨੋਵਲ ਬਾਏ ਐਵਰੀਵਨ ਇਜ਼ ਸੇਇੰਗ ਬਲਵੰਤ ਗਾਰਗੀ ਵਿਚ ਇਜ਼ ਰੋਂਗ ਮੜੀ ਦਾ ਦੀਵਾ ਇਜ਼ ਅ ਫੇਮਸ ਨੋਵਲ ਬਾਏ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਜੀ ਦਾ ਹੈ ਜੀ ਇਹ ਮੜੀ ਦਾ ਦੀਵਾ ਇਟ ਇਜ਼ ਨੋਟ ਬਾਏ ਬਲਵੰਤ ਗਾਰਗੀ ਇਟ ਇਜ਼ ਬਾਏ ਗੁਰਦਿਆਲ ਸਿੰਘ ਠੀਕ ਹੈ ਮੜੀ ਦੇ ਦੀਵੇ ਦਾ ਕੀ ਮਤਲਬ ਹੈ
ਮੜੀ ਕੀ ਹੁੰਦੀ ਹੈ? ਸੋ ਇੱਕ ਜਵਾਨ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸਦੇ ਜਿਹੜਾ ਕ੍ਰੀਮੇਸ਼ਨ ਏਰੀਆ ਹੁੰਦਾ ਹੈ, ਜਿੱਥੇ ਉਸਨੂੰ ਦਫਨਾਇਆ ਜਾਂਦਾ ਹੈ ਜਾਂ ਜਿੱਥੇ ਉਸਦੇ ਸਿਵੇ ਹੁੰਦੇ ਹੈ, ਉੱਥੇ ਕੋਈ ਜਾ ਕੇ ਦੀਵਾ ਜਗਾਉਂਦਾ ਹੈ ਤਾਂ ਉਹ ਮੜੀ ਦਾ ਦੀਵਾ ਉਸ ਨਾਲ ਰਿਲੇਟਡ ਹੈ। ਠੀਕ ਹੈ ਜੀ, ਚਲੋ ਜੀ। ਲਾਈਟ ਆਫ ਦ ਟੂਮ, ਟੂਮ ਵੀ ਆਪਾਂ ਨੂੰ ਪਤਾ ਕਿਸੇ ਦੀ ਡੈਥ ਤੇ ਬਣਾਇਆ ਜਾਂਦਾ ਹੈ, ਰਾਈਟ। ਚਲੋ ਜੀ, ਵੈਨ ਡਿਡ ਮਹਾਰਾਜਾ ਰਣਜੀਤ ਸਿੰਘ ਡਾਏ? ਮਹਾਰਾਜਾ ਰਣਜੀਤ ਸਿੰਘ ਦੀ ਡੈਥ ਦਾ ਈਅਰ ਕਿਹੜਾ ਹੈ? 1830, 1835, 1839, 1841। ਵੈਰੀ ਗੁੱਡ, ਸਾਰੇ ਕਹਿ ਰਹੇ ਨੇ ਸੀ, ਵਿਚ ਇਜ਼ ਦੀ ਰਾਈਟ ਆਂਸਰ, 1839। ਵੈਰੀ ਗੁੱਡ, ਚਲੋ ਨੈਕਸਟ। ਡੈਸ਼ ਇਜ਼ ਰੈਫਰ ਟੂ ਐਜ਼ ਸਟੀਲ ਸਿਟੀ ਆਫ ਪੰਜਾਬ ਜਾਂ ਫਿਰ ਲੋਹਾ ਮੰਡੀ ਡਿਊ ਟੂ ਇਟਸ ਲਾਰਜ ਨੰਬਰ ਆਫ ਸਟੀਲ ਫੈਕਟਰੀਜ਼। ਸੋ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਲੋਹਾ ਮੰਡੀ ਜਾਂ ਫਿਰ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ? ਕਪੂਰਥਲਾ, ਬਟਾਲਾ, ਮੰਡੀ ਗੋਬਿੰਦਗੜ੍ਹ, ਮਲੇਰਕੋਟਲਾ। ਵੈਰੀ ਗੁੱਡ, ਰਾਈਟ। ਸੋ ਦੀ ਆਂਸਰ ਇਜ਼, ਲੋਹਾ ਮੰਡੀ ਇਜ਼ ਮੰਡੀ ਗੋਬਿੰਦਗੜ੍ਹ, ਵਿਚ ਇਜ਼ ਆਲਸੋ ਨੋਨ ਐਜ ਦੀ ਸਟੀਲ ਸਿਟੀ ਆਫ ਪੰਜਾਬ। ਸੋ ਸਪੋਰਟ ਸਿਟੀ ਜਲੰਧਰ, ਸਟੀਲ ਸਿਟੀ ਮੰਡੀ ਗੋਬਿੰਦਗੜ੍ਹ। ਚਲੋ ਜੀ, ਦੇਅਰ ਆਰ ਟੋਟਲ ਡੈਸ਼ ਤਹਿਸੀਲਜ਼ ਇਨ ਪੰਜਾਬ? ਪੰਜਾਬ ਦੇ ਵਿੱਚ ਟੋਟਲ ਕਿੰਨੀਆਂ ਤਹਿਸੀਲਜ਼ ਨੇ? 93, 91, 97, 94। ਵੈਰੀ ਗੁੱਡ ਹਰੀਸ਼, ਜੂਹੀ, ਰਵਨੀਤ ਇਜ਼ ਕਨਫਿਊਜ਼ਡ, ਸਚਿਨ। ਦੀ ਆਂਸਰ ਇਜ਼ ਏ, 93। ਸੋ ਦੇਅਰ ਆਰ ਟੋਟਲ 93 ਤਹਿਸੀਲਜ਼ ਇਨ ਪੰਜਾਬ। ਨੈਕਸਟ, ਦ ਡੈਸ਼ ਮੂਵਮੈਂਟ ਵਾਜ਼ ਫਾਊਂਡਡ ਬਾਈ ਬਾਬਾ ਦਿਆਲ ਦਾਸ ਇਨ 1851। ਚਲੋ ਜੀ, ਦ ਡੈਸ਼ ਮੂਵਮੈਂਟ ਵਾਜ਼ ਫਾਊਂਡਡ ਬਾਈ ਬਾਬਾ ਦਿਆਲ ਦਾਸ ਇਨ 1851। ਵੀ ਹੈਵ ਖਾਲਿਸਤਾਨ ਮੂਵਮੈਂਟ, ਨਿਰੰਕਾਰੀ ਮੂਵਮੈਂਟ, ਸਿੰਘ ਸਭਾ ਮੂਵਮੈਂਟ ਜਾਂ ਫਿਰ ਨਾਮਧਾਰੀ ਮੂਵਮੈਂਟ। ਵੈਰੀ ਗੁੱਡ, ਰਾਈਟ। ਸੋ ਦੀ ਆਂਸਰ ਇਜ਼ ਬੀ, ਨਿਰੰਕਾਰੀ ਮੂਵਮੈਂਟ ਵਾਜ਼ ਫਾਊਂਡਡ ਬਾਈ ਬਾਬਾ ਦਿਆਲ ਦਾਸ ਇਨ 1851। ਸੋ ਯੂ ਹੈਵ ਥ੍ਰੀ ਕੁਐਸਚਨਸ। ਨਿਰੰਕਾਰੀ ਮੂਵਮੈਂਟ ਕਿੰਨੇ ਫਾਊਂਡ ਕੀਤੀ ਹੈ? ਬਾਬਾ ਦਿਆਲ ਦਾਸ ਜੀ ਨੇ। ਕਿਹੜੇ ਸਾਲ ਫਾਊਂਡ ਹੋਈ ਹੈ ਜੀ? 1851 ਵਿੱਚ। ਸੋ ਤਿੰਨ ਕੁਐਸਚਨ। ਨੈਕਸਟ, ਹਿਸਟੋਰਿਕ ਫੋਰਨ ਇਨਵੇਜਨਸ ਮੇਨਲੀ ਟਾਰਗੇਟਿਡ ਦੀ ਮੋਸਟ ਪ੍ਰੋਡਕਟਿਵ ਸੈਂਟਰਲ ਰੀਜਨ ਆਫ ਪੰਜਾਬ ਨੋਨ ਐਜ ਦੀ ਡੈਸ਼ ਰੀਜਨ। ਸੋ ਜਿੰਨੀਆਂ ਵੀ ਫੋਰਨ ਇਨਵੇਜਨਸ ਹੋਈਆਂ ਨੇ ਪੰਜਾਬ ਦੀ ਹਿਸਟਰੀ ਦੇ ਵਿੱਚ, ਉਹ ਹਮੇਸ਼ਾ ਪੰਜਾਬ ਦਾ ਜਿਹੜਾ ਸੈਂਟਰ ਰੀਜਨ ਹੈ, ਜਿਸਦੇ ਵਿੱਚ ਲਾਹੌਰ ਵੀ ਪੈਂਦਾ ਹੈ, ਰਾਈਟ, ਉਸਨੂੰ ਟਾਰਗੇਟ ਕਰਦੇ ਸੀ। ਠੀਕ ਹੈ, ਤੇ ਉਸ ਰੀਜਨ ਨੂੰ ਕੀ ਕਿਹਾ ਜਾਂਦਾ ਹੈ? ਮਾਝਾ, ਮਾਲਵਾ, ਦੁਆਬਾ, ਪੁਆਧ। ਵੀ ਹੈਵ ਅ ਲੋਟ ਆਫ ਕਨਫਿਊਜ਼ਨ ਔਨ ਦਿਸ ਵਨ। ਸੈਂਟਰਲ ਰੀਜਨ ਪੰਜਾਬੀ ਚ ਕਿਹੜਾ ਵਰਡ ਹੈ ਜਿਸ ਨੂੰ ਸੈਂਟਰ ਕਿਹਾ ਜਾਂਦਾ ਹੈ? ਸੈਂਟਰ, ਇਸ ਰੀਜਨ ਦਾ ਨਾਮ ਹੀ ਡਿਰਾਈਵ ਕਿੱਥੋਂ ਹੋਇਆ? ਉਹਦੇ ਮੀਨਿੰਗ ਤੋਂ ਕਿ ਸੈਂਟਰ ਹੈ।
All those who are saying A is the right answer. Majha means the center. So Lahore, Amritsar, A sara ki si center si. Te Lahore de utte hamesha aake kabza karan di bahut koshish hoi hai. Lahore was the capital of the Punjab province at that time. Theek hai? So historically je dekha jaye sab to important shehar jithe har raja aake apna capital basana chahunda hunda si ਉਹ ਕਿਹੜਾ ਸ਼ਹਿਰ ਸੀ? ਲਾਹੌਰ. ਅਫਗਾਨੀਆਂ ਨੇ ਵੀ ਉੱਥੇ ਆ ਕੇ ਰਾਜ ਕੀਤਾ, ਮੁਗਲਾਂ ਨੇ ਵੀ ਕੀਤਾ, ਬ੍ਰਿਟਿਸ਼ ਨੇ ਵੀ ਕੀਤਾ. ਈਵਨ ਬਿਫੋਰ ਦ ਪਾਰਟੀਸ਼ਨ ਲਾਹੌਰ ਵਾਸ ਦ ਕੈਪੀਟਲ ਐਂਡ ਆਫਟਰ ਪਾਰਟੀਸ਼ਨ ਲਾਹੌਰ ਵਾਸ ਦ ਕੈਪੀਟਲ ਆਫ ਪੰਜਾਬ, ਵੈਸਟਰਨ ਪੰਜਾਬ. ਠੀਕ ਹੈ. ਸੋ ਮਾਝਾ, ਮਾਝਾ ਮੀਨਸ ਸੈਂਟਰ. ਸੋ ਸੈਂਟਰਲ ਰੀਜਨ ਨੂੰ ਕੀ ਕਿਹਾ ਜਾਂਦਾ? ਮਾਝਾ. ਦੁਆਬਾ ਇਜ਼ ਬਿਟਵੀਨ ਟੂ ਆਬਸ, ਰਾਈਟ? ਦੋ ਰਿਵਰਸ ਵਾਲਾ. ਨੈਸ਼ਨਲ ਹਾਈਵੇ ਡੈਸ਼ links New Delhi to the Atari Wagha border. So Delhi to Pakistan, so Lahore to Delhi wali jehdi sadak hai, kyunki ek time si jadon Lahore was the main capital of the Punjab province te ya dooje passe Mughlan da ki si Delhi, to us time te utthe vi road si jehda ki hun ek national highway hai jehda ki Delhi nu Atari Wagha border nal connect karda hai. National Highway 1, 2, 5 or 9. Which national highway links New Delhi to the Atari Wagha border? The answer to this is 1, NH1. I am sorry, ithe A hona chahida si, NH1. All right, next. The president's rule was used for the first time in Punjab on 20th June which year? So apan nu pata hai ki Punjab de utte 8 var president rule lag chuka hai. Sab to pehla state India de vich jithe president rule act baneya, us to thodi der baad hi sab to pehla state jithe president rule lagya oh si Punjab. Kehda san si? Very good. The answer is B, 1951. So 20th June 1951 President Rule Act de lagu hon to thodi der baad hi Punjab de vich lag gaya si. So question ki banda hai, the very first state Punjab jithe President Rule lag gaya si kadon lag gaya si? 20th June 1951. Te total kinni var Punjab de vich lag chukke hai? 8 vari. Next, in which year Harike wetland was declared as a Ramsar site? So Harike wetland nu Ramsar site kede saal de vich declare kita gaya si? 1987 89 90 92. The answer to this is C, 1990. Theek hai ji, 1990 when Harike wetland was declared as the Ramsar site. Chalo, next. Right, C, 1990. Next, Banda Singh Bahadur established Sikh state capital in Dash Fort. ਸੋ ਬੰਦਾ ਸਿੰਘ ਬਹਾਦਰ ਦੇ ਟਾਈਮ 'ਤੇ ਉਹਨਾਂ ਨੇ ਕਿਹੜੇ ਫੋਰਟ ਨੂੰ ਆਪਣਾ ਸਿੱਖ ਸਟੇਟ ਕੈਪੀਟਲ ਕਿਹਾ ਸੀ? ਉੱਥੇ ਜਾ ਕੇ ਕਿਹਾ ਸੀ ਇੱਥੋਂ ਸਿੱਖ ਰਾਜ ਦੇ, ਸਿੱਖ ਇੰਪਾਇਰ ਦੇ ਜਿਹੜੇ ਇੰਪੋਰਟੈਂਟ ਡਿਸੀਜਨਸ ਨੇ ਜਿਹੜੇ ਕੈਪੀਟਲ ਦੇ ਵਿੱਚ ਬਹਿ ਕੇ ਲਏ ਜਾਂਦੇ ਇੱਥੋਂ ਹੋਣਗੇ? ਗੋਬਿੰਦਗੜ੍ਹ ਫੋਰਟ, ਲੋਹਗੜ੍ਹ ਫੋਰਟ,
ਆਨੰਦਗੜ੍ਹ ਫੋਰਟ ਜਾਂ ਫਿਰ ਰੋਹਤਾਸ ਫੋਰਟ? ਵੈਰੀ ਗੁੱਡ, ਦੀ ਆਂਸਰ ਇਜ਼ ਬੀ, ਲੋਹਗੜ੍ਹ ਫੋਰਟ। ਲੋਹਗੜ੍ਹ ਫੋਰਟ ਨੂੰ ਕੀ ਕਿਹਾ ਸੀ? ਬੰਦਾ ਸਿੰਘ ਬਹਾਦਰ ਇਸਟੈਬਲਿਸ਼ ਦੀ ਸਿੱਖ ਸਟੇਟ ਇੰਪਾਇਰ। ਅਗੇਨ 3 ਕੁਐਸਚਨਸ, ਠੀਕ ਹੈ? ਪਹਿਲਾਂ ਕਿੰਨੇ ਇਸਟੈਬਲਿਸ਼ ਕੀਤਾ? ਬੰਦਾ ਸਿੰਘ ਬਹਾਦਰ ਨੇ। ਕੀ ਇਸਟੈਬਲਿਸ਼ ਕੀਤਾ? ਸਿੱਖ ਸਟੇਟ। ਕੈਪੀਟਲ ਕਿੱਥੇ ਇਸਟੈਬਲਿਸ਼ ਕੀਤਾ? ਲੋਹਗੜ੍ਹ ਫੋਰਟ ਦੇ ਵਿੱਚ। ਨੈਕਸਟ, ਫਗਵਾੜਾ ਗੈਟਸ ਇਟਸ ਨੇਮ ਫਰੋਮ ਫੱਗੂ ਦਾ ਵਾੜਾ, ਬਾਹਰੋਂ ਮਿੱਠਾ ਅੰਦਰੋਂ ਖਾਰਾ। ਦਿਸ ਵਾਜ ਸੈਡ ਬਾਏ, ਚਲੋ ਜੀ, ਫਗਵਾੜਾ ਦਾ ਨਾਮ ਮਿਲਦਾ ਇਸ ਫਰੇਜ਼ ਤੋਂ, ਫੱਗੂ ਦਾ ਵਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ। ਇਹ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਸੀ? ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ? ਨੋ ਨੌਲੇਜ, ਆਲ ਰਾਈਟ, ਨਾਓ ਯੂ ਵਿਲ ਨੋ। ਸੋ ਪਹਿਲਾ ਕੁਐਸਚਨ, ਫਗਵਾੜਾ ਦਾ ਨਾਮ ਕਿੱਥੋਂ ਬਣਿਆ ਹੈ ਜੀ? ਫੱਗੂ ਦਾ ਵਾੜਾ, ਬਾਹਰੋਂ ਮਿੱਠਾ ਅੰਦਰੋਂ ਖਾਰਾ। ਸੋ ਫੱਗੂ ਦੇ ਵਾੜੇ ਤੋਂ ਬਣ ਗਿਆ ਫਗਵਾੜਾ, ਰਾਈਟ? ਤੇ ਕਿਹੜੇ ਗੁਰੂ ਸਾਹਿਬਾਨ ਨੇ ਕਿਹਾ? ਦੀ ਆਂਸਰ ਇਜ਼ ਬੀ, ਗੁਰੂ ਹਰਗੋਬਿੰਦ ਜੀ। ਸੋ ਗੁਰੂ ਹਰਗੋਬਿੰਦ ਜੀ ਸਿਕਸ ਗੁਰੂ, ਉਹਨਾਂ ਨੇ ਕੀ ਕਿਹਾ ਸੀ? ਫੱਗੂ ਦਾ ਵਾੜਾ, ਬਾਹਰੋਂ ਮਿੱਠਾ ਅੰਦਰੋਂ ਖਾਰਾ, ਅਤੇ ਉੱਥੋਂ ਫੱਗੂ ਦੇ ਵਾੜੇ ਤੋਂ ਨਾਮ ਬਣ ਗਿਆ ਫਗਵਾੜਾ, ਠੀਕ ਹੈ ਜੀ। ਚਲੋ ਨੈਕਸਟ, ਦ ਰਿਵਰ ਡੈਸ਼ ਸਰਵਡ ਐਜ਼ ਅ ਬਾਉਂਡਰੀ ਬਿਟਵੀਨ ਮਹਾਰਾਜਾ ਰਣਜੀਤ ਸਿੰਘ ਐਮਪਾਇਰ ਐਂਡ ਦੀ ਬ੍ਰਿਟਿਸ਼ ਇੰਪਾਇਰ। ਸੋ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਦੇ ਵਿੱਚ ਇੱਕ ਟ੍ਰੀਟੀ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹ ਰਿਵਰ ਹੈ ਇਹ ਸਾਡੇ ਦੋਨਾਂ ਦੇ ਇੰਪਾਇਰ ਦੇ ਵਿਚਲੀ ਬਾਉਂਡਰੀ ਸਰਵ ਕਰੇਗਾ, ਇਹਦੇ ਇੱਧਰਲਾ ਪਾਸਾ ਸਾਡਾ ਅਤੇ ਉੱਧਰਲਾ ਤੁਹਾਡਾ। ਚਲੋ ਰਾਈਟ ਸਚਿਨ, ਗੁਰੂ ਹਰਗੋਬਿੰਦ ਸਾਹਿਬ ਜੀ ਇਜ਼ ਰਾਈਟ। ਅਗਲਾ ਕੁਐਸਚਨ ਦੇਖੋ, ਰਵਨੀਤ, ਨਿਵੇਦਿਤਾ। ਸੋ ਦ ਰਿਵਰ, ਦੀ ਆਂਸਰ ਇਜ਼ ਡੀ, ਸਤਲੁਜ ਸਰਵਡ ਐਜ਼ ਦੀ ਬਾਉਂਡਰੀ ਬਿਟਵੀਨ ਦ ਮਹਾਰਾਜਾ ਇੰਪਾਇਰ ਐਂਡ ਦੀ ਬ੍ਰਿਟਿਸ਼ ਇੰਪਾਇਰ। ਵੈਰੀ ਗੁੱਡ। ਵਿਚ ਕਮੇਟੀ ਵਾਸ ਫੋਰਮਡ ਇਨ 1919 ਟੂ ਲੁੱਕ ਇਨ ਟੂ ਦੀ ਇਵੈਂਟਸ ਦੈਟ ਅਕਰਡ ਇਨ ਪੰਜਾਬ? ਪਹਿਲਾਂ ਮੈਨੂੰ ਦੱਸੋ ਕਿ 1919 ਦੇ ਵਿੱਚ ਇਹੋ ਜਿਹਾ ਕਿਹੜਾ ਇਵੈਂਟ ਹੋਇਆ ਪੰਜਾਬ ਦੇ ਵਿੱਚ ਵਿਚ ਇਜ਼ ਵਨ ਆਫ ਦੀ ਮੇਜਰ ਇਨ ਪੰਜਾਬ? 1919 ਦੇ ਵਿੱਚ ਪੰਜਾਬ ਦੇ ਵਿੱਚ ਕਿਹੜਾ ਹੋਇਆ ਸੀ ਇਵੈਂਟ? ਕੀ ਹੋਇਆ ਸੀ ਜਿਹਦੇ ਵਾਸਤੇ ਕਮੇਟੀ ਫੋਰਮ ਕੀਤੀ ਸੀ? ਵੈਰੀ ਗੁੱਡ। ਸੋ ਦ ਜਲਿਆਂਵਾਲਾ ਬਾਗ ਮੈਸਕਰ, ਦ ਜਲਿਆਂਵਾਲਾ ਬਾਗ ਇੰਸੀਡੈਂਟ, ਇਹ ਹੋਇਆ। ਉਸ ਤੋਂ ਬਾਅਦ ਬ੍ਰਿਟਿਸ਼ ਨੇ ਇਸ ਚੀਜ਼ ਦੇ ਵਿੱਚ ਲੁੱਕ ਇਨ ਟੂ ਕਰਨ ਵਾਸਤੇ ਇੱਕ ਸਪੈਸ਼ਲ ਕਮੇਟੀ ਬਣਾਈ ਸੀ ਜਿਨ੍ਹਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਰਿਪੋਰਟ ਦੇਣੀ ਸੀ ਕਿ ਹੋਇਆ ਕੀ ਸੀ ਐਕਚੁਅਲੀ ਉੱਥੇ, ਠੀਕ ਹੈ? ਅਤੇ ਉਸ ਕਮੇਟੀ ਦਾ ਨਾਮ ਕੀ ਸੀ? ਰੈਡਕਲਿਫ ਕਮੇਟੀ, ਹੰਟਰ ਕਮੇਟੀ, ਫਰੇਜ਼ਰ ਕਮੇਟੀ ਜਾਂ ਫਿਰ ਮੈਨਸਫੀਲਡ ਕਮੇਟੀ? ਵੈਰੀ ਗੁੱਡ। ਸੋ ਹੁਣ ਸਾਰਿਆਂ ਨੂੰ ਇਹ ਪਤਾ 1919 'ਚ ਕੀ ਹੋਇਆ ਸੀ, ਫਟਾਫਟ ਜਵਾਬ ਦਿਓ ਕਿ ਕਮੇਟੀ ਕਿਹੜੀ ਬਿਠਾਈ ਸੀ ਟੂ ਲੁੱਕ ਇਨ ਟੂ ਦੈਟ ਮੈਟਰ? ਵੈਰੀ ਗੁੱਡ, ਦੀ ਆਂਸਰ ਇਜ਼ ਬੀ, ਹੰਟਰ ਕਮੇਟੀ। ਹੁਣ ਜੇ ਤੁਸੀਂ ਪੁਰਾਣੀਆਂ ਕਲਾਸਿਸ ਲਗਾਈਆਂ ਤੁਹਾਨੂੰ ਇਹ ਪਤਾ ਹੋਏਗਾ ਰੈਡਕਲਿਫ ਕਮੇਟੀ ਕਾਹਦੇ ਲਈ ਸੀ। ਚਲੋ ਸਰਪ੍ਰਾਈਜ਼ ਟੈਸਟ ਕੁਐਸਚਨ, ਰੈਡਕਲਿਫ ਕਮੇਟੀ, ਲੈਟਸ ਸੀ ਹੂ ਆਨਸਰਸ ਦਿਸ। ਸੋ
So, very good. Pak India border line is called the Radcliffe line. So, Pakistan India ਦਾ ਜਿਹੜਾ border ਹੈ, the division of Punjab into East and Western Punjab, the division or the border line, international border between India and Pakistan, which runs through Punjab, is called the Radcliffe line. Right, चलो. In which month Tej festival is celebrated in Punjab? चलो जी, केड़े महीने विच तीयां दा त्योहार, तीज दा त्योहार मनाया जाता है? वेरी गुड, वेरी इजी. इट इज सी सावन. सो सावन दे महीने विच तीज फेस्टिवल जो है पंजाब दे विच सेलिब्रेट हुंदा है. नेक्स्ट, भाखड़ा डैम फॉर्म्स दी डैश रिजर्वॉयर. द भाखड़ा डैम फॉर्म्स दी डैश रिजर्वॉयर. रणजीत सागर, गोबिंद सागर, इंदिरा सागर, नागार्जुन सागर. Ravneet is asking me if it is A. Pakhra Dam da jada reservoir hai, it is B. Gobind Sagar. It is not Ranjit Sagar, it is Gobind Sagar. ठीक है, so Pakhra Dam de reservoir da naam hai Gobind Sagar. Next, the motto of the Sikh regiment. निश्चय कर अपनी जीत करूं, जो बोले सो निहाल, सत श्री अकाल, स्थल व जल या फिर देग तेग फतेह. सिख रेजिमेंट ऑफ द आर्मी, राइट, उन्हों का मोटो की है? एक होंगे आर्मी दे रेजिमेंट्स का वॉर क्राई, एक होंगे मोटो. चलो जी, बी वेरी वेरी अटेंटिव व्हेन यू सॉल्व सच क्वेश्चंस. एक होंगे वॉर क्राई, एक होंगे मोटो. सो ज्योति इज कंफ्यूज्ड. व्हाट इज द मोटो ऑफ द सिख रेजिमेंट? नाले पंजाब रेजिमेंट हो रहा है, सिख रेजिमेंट हो रहा है. सो ये दोनों अलग अलग रेजिमेंट है, कंफ्यूज ना करना, दे आर नॉट वन. ते दोनों का मोटो वॉर क्राई इज डिफरेंट. द आंसर इज ए. द मोटो ऑफ सिख रेजिमेंट इज निश्चय कर अपनी जीत करूं. ठीक है, ਹੁਣ ਜਿਹੜੀ ਕਨਫਿਊਜ਼ਨ ਸੀ ਉਹ ਦੂਰ ਕਰ ਦਿੰਦੇ ਹਾਂ. ਪੰਜਾਬ ਰੈਜੀਮੈਂਟ ਦਾ ਮੋਟੋ ਹੈ ਸਥਲ ਵਾ ਜਲ, ਇਜ਼ ਦੀ ਮੋਟੋ ਆਫ ਪੰਜਾਬ ਰੈਜੀਮੈਂਟ. ਸਿੱਖ ਲਾਈਟ ਇਨਫੈਂਟਰੀ ਦਾ ਮੋਟੋ ਹੈ ਦੇਗ ਤੇਗ ਫਤਿਹ. ਤੇ ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ ਤੇ ਸਿੱਖ ਲਾਈਟ ਇਨਫੈਂਟਰੀ ਤਿੰਨਾਂ ਦਾ ਵਾਰ ਕਰਾਏ ਹੈ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ. ਇਜ਼ ਇਟ ਕਲੀਅਰ ਨਾਓ? ਸਾਰੀ ਕਨਫਿਊਜ਼ਨ ਦੂਰ ਹੋ ਗਈ. ਤਿੰਨ ਰੈਜੀਮੈਂਟਸ ਨੇ ਸਾਡੇ ਕੋਲ, ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ. ਸਿੱਖ ਰੈਜੀਮੈਂਟ ਦਾ ਮੋਟੋ ਹੈ ਨਿਸ਼ਚੈ ਕਰ ਆਪਣੀ ਜੀਤ ਕਰੂੰ. ਪੰਜਾਬ ਰੈਜੀਮੈਂਟ ਦਾ ਮੋਟੋ ਹੈ ਸਥਲ ਵਾ ਜਲ. ਠੀਕ ਹੈ, ਤੇ ਸਿੱਖ ਲਾਈਟ ਇਨਫੈਂਟਰੀ ਦਾ ਮੋਟੋ ਹੈ ਦੇਗ ਤੇਗ ਫਤਿਹ. ਤੇ ਤਿੰਨਾਂ ਦਾ ਵਾਰ ਕਰਾਏ ਸੇਮ ਹੈ, ਉਹ ਹੈ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ. ਆਲ ਰਾਈਟ, ਸੋ ਕਿੰਨੇ ਕੁਐਸਚਨ ਹੋ ਗਏ? 21 ਕੁਐਸਚਨ ਦੇ ਵਿੱਚ. ਨੈਕਸਟ, derived its name from the vernacular term meaning area inside the water. Still another name had been Trigarta as it was watered by three rivers, Satluj, Bias and Ravi. ਕਿਹੜੇ ਸ਼ਹਿਰ ਦੇ ਬਾਰੇ ਗੱਲ ਹੋ ਰਹੀ ਹੈ?
ਰਾਈਟ, ਸੋ ਦੀ ਆਨਸਰ ਇਜ਼ ਜਲੰਧਰ। ਜਲੰਧਰ ਦਾ ਕੀ ਮਤਲਬ ਹੁੰਦਾ? ਜਲ ਦੇ ਅੰਦਰ, ਏਰੀਆ ਇਨ ਸਾਈਡ ਦ ਵਾਟਰ। ਤੇ ਇਸ ਨੂੰ ਪਹਿਲੇ ਤ੍ਰਿਗਰਤਾ ਵੀ ਕਿਹਾ ਜਾਂਦਾ ਸੀ, ਬਿਕੋਜ਼ ਇਟ ਵਾਜ਼ ਵਾਟਰਡ ਬਾਈ 3 ਰਿਵਰਸ, ਸਤਲੁਜ, ਬਿਆਸ ਐਂਡ ਰਾਵੀ। ਆਲ ਰਾਈਟ, ਚਲੋ ਜੀ, ਦੀ ਈਅਰ 1932 ਮਾਰਕਡ ਦ ਰਿਲੀਜ਼ ਆਫ ਫਸਟ ਪੰਜਾਬੀ ਫੀਚਰ ਫਿਲਮ ਵਿਦ ਸਾਊਂਡ। ਈਅਰ 1932, ਸੋ ਪਹਿਲੀ ਪੰਜਾਬੀ ਫੀਚਰ ਫਿਲਮ ਜਿਹੜੀ ਸਾਊਂਡ ਨਾਲ ਪ੍ਰੋਡਿਊਸ ਹੋਈ ਸੀ, ਲਾਹੌਰ ਦੇ ਵਿੱਚ ਬਣੀ ਸੀ। ਹੁਣ ਇੱਕ ਗੱਲ ਹੈ, ਜਦੋਂ ਆਪਾਂ 1947 ਤੋਂ ਪਹਿਲਾਂ ਦੀ ਕੋਈ ਵੀ ਗੱਲ ਕਰਦੇ ਹਾਂ, ਦੈਨ ਵੀ ਹੈਵ ਟੂ ਕੰਸਿਡਰ ਪੰਜਾਬ ਐਜ਼ ਅ ਹੋਲ। ਅਸੀਂ ਕੀ ਕਰ ਚੁੱਕੇ ਹਾਂ ਆਪਣੀ GK ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਜੀ ਪਹਿਲੀ ਪੰਜਾਬ ਦਾ ਮਤਲਬ ਹੈ ਕਿ ਜਿਹੜੀ 1947 ਤੋਂ ਬਾਅਦ, ਜਾਂ ਫਿਰ ਜਿਹੜੀ 1947 ਤੋਂ ਪਹਿਲਾਂ ਸਾਡੇ ਵਾਲੇ ਪੰਜਾਬ 'ਚ ਬਣੀ ਹੋਏਗੀ, ਵਿਚ ਇਜ਼ ਨੋਟ ਰਾਈਟ। ਠੀਕ ਹੈ, ਸੋ ਅਕੋਰਡਿੰਗ ਟੂ ਯੋਰ GK, 1932 ਦੇ ਵਿੱਚ ਪਹਿਲੀ ਪੰਜਾਬੀ ਫੀਚਰ ਫਿਲਮ ਵਿਦ ਸਾਊਂਡ ਬਣੀ ਸੀ ਲਾਹੌਰ ਦੇ ਵਿੱਚ। ਉਸਦਾ ਕੀ ਨਾਮ ਸੀ? ਹੀਰ ਰਾਂਝਾ, ਇਸ਼ਕੇ ਪੰਜਾਬ, ਪੰਜਾਬ ਦੀ ਕੁੜੀ ਜਾਂ ਮੇਰਾ ਪੰਜਾਬ। ਸੋ ਜਿਹੜੇ ਵੀ ਕਹਿ ਰਹੇ ਪੰਜਾਬ ਦੀ ਕੁੜੀ, ਇਟ ਇਜ਼ ਅ ਬਾਇਸਡ ਫੈਕਟ, ਕਿਉਂਕਿ ਉਹ ਅਸੀਂ ਕਹਿੰਦੇ ਹਾਂ ਕਿ ਜੀ ਸਾਡੇ ਵਾਲੇ ਪੰਜਾਬ 'ਚ ਬਣੀ ਸੀ। ਮੈਡਮ ਨੂਰ ਜਹਾਂ ਸੀਗੇ ਸ਼ਾਇਦ ਉਹਦੇ ਵਿੱਚ, ਇਫ ਆਈ ਐਮ ਨੋਟ ਰੋਂਗ। ਸੋ ਦੀ ਆਂਸਰ ਇਜ਼ ਨੋਟ ਪੰਜਾਬ ਦੀ ਕੁੜੀ, ਦੀ ਆਂਸਰ ਇਜ਼ ਹੀਰ ਰਾਂਝਾ 1932 ਦੇ ਵਿੱਚ। ਸਾਲ ਵੀ ਦੇਖਣਾ ਹੈ, 1932 ਦੇ ਵਿੱਚ ਫਸਟ ਪੰਜਾਬੀ ਫੀਚਰ ਫਿਲਮ ਬਣੀ ਸੀ ਵਿਦ ਸਾਊਂਡ। ਠੀਕ ਹੈ, ਵਿਦ ਸਾਊਂਡ ਵੀ ਦੇਖਣਾ। ਸੋ ਛੋਟੇ ਛੋਟੇ ਕੁਐਸਚਨ ਦੇ ਵਿੱਚ ਆ ਜਾਂਦਾ, ਮੈਂ ਫਸਟ ਪੰਜਾਬੀ ਫੀਚਰ ਫਿਲਮ ਦੀ ਗੱਲ ਨਹੀਂ ਕੀਤੀ, ਫਸਟ ਪੰਜਾਬੀ ਫੀਚਰ ਫਿਲਮ ਵਿਦ ਸਾਊਂਡ ਦੀ ਗੱਲ ਕੀਤੀ ਹੈ, ਅਤੇ 1932 ਦੇ ਵਿੱਚ ਗੱਲ ਕੀਤੀ ਹੈ। ਇਟ ਇਜ਼ ਹੀਰ ਰਾਂਝਾ, ਅਤੇ ਇਹ ਲਾਹੌਰ ਦੇ ਵਿੱਚ। ਉਸ ਟਾਈਮ 'ਤੇ ਲਾਹੌਰ ਵਾਜ਼ ਦੀ ਮੇਨ ਸੈਂਟਰ ਏਰੀਆ, ਕੈਪੀਟਲ ਆਫ ਪੰਜਾਬ। ਸੋ ਜੋ ਵੀ ਉੱਥੇ ਬਣਦਾ ਸੀ, ਇਟ ਵਾਜ਼ ਸਪੋਜ਼ ਟੂ ਬੀ ਦ ਬਿਗੈਸਟ। ਪਿੰਡ ਦੀ ਕੁੜੀ ਆਈ ਗੈਸ 1935 ਦੇ ਵਿੱਚ ਬਣੀ ਹੈ, ਇਟ ਇਜ਼ ਨੋਟ 1932। ਨਾਲੇ ਪਿੰਡ ਦੀ ਕੁੜੀ ਦਾ ਐਕਚੁਅਲ ਨਾਮ ਹੋਰ ਹੈ ਫਿਲਮ ਦਾ, ਇਹ ਉਹਦਾ ਸਬ ਟਾਈਟਲ ਸੀ ਪਿੰਡ ਦੀ ਕੁੜੀ। ਠੀਕ ਹੈ, ਫਿਲਮ ਦਾ ਨਾਮ ਹੋਰ ਹੈ ਉਹਦਾ। ਨੈਕਸਟ, The seat of the High Court was shifted to Chandigarh with effect from January 17-. Sheila hai, right. So, meri gal suno, pind di kudi without sound nahi hai, with sound hai. But 1935 de vich bani hai. Je sade kol already data available hai ki 1932 de vich Heer Ranjha ban chuki hai. So, obviously that is the first, right? ਇਟ ਇਜ਼ ਜਸਟ ਬਿਕੋਜ਼ ਵੀ ਬਿਕਮ ਅ ਲਿਟਲ ਬਾਇਸਡ, ਅਸੀਂ ਜੋ ਚੀਜ਼ ਹੁਣ ਪਾਕਿਸਤਾਨ ਵਾਲੇ ਪਾਸੇ ਚਲੀ ਗਈ, ਅਸੀਂ ਉਹ ਵਾਲੇ ਪੰਜਾਬ ਨੂੰ ਕੰਸਿਡਰ ਹੀ ਨਹੀਂ ਕਰਨਾ ਚਾਹੁੰਦੇ। ਜੋ ਕਿ ਦੇਖਿਆ ਜਾਏ ਕਿ 47 ਤੋਂ ਪਹਿਲਾਂ ਤਾਂ ਪੰਜਾਬ ਪੂਰਾ ਹੀ ਸਾਡਾ ਸੀ ਨਾ, ਪੰਜਾਬ ਇਜ਼ ਪੰਜਾਬ, ਅੱਜ ਵੀ ਪੰਜਾਬ ਪੰਜਾਬ ਹੀ ਹੈ। ਠੀਕ ਹੈ,
ਤੇ ਜੋ ਸਾਡੀ ਹਿਸਟਰੀ ਦੇ ਵਿੱਚ ਹੋਇਆ ਉਹ ਐਜ਼ ਇਟ ਇਜ਼ ਰਹੇਗਾ, ਡਜ਼ਨਟ ਮੈਟਰ ਕਿ ਉਹ ਹੁਣ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਜਾਂ ਇੰਡੀਆ ਵਾਲੇ ਪਾਸੇ ਚਲਾ ਗਿਆ। ਓਕੇ, ਸੋ ਦ ਸੀਟ ਆਫ ਹਾਈ ਕੋਰਟ ਵਾਸ ਸ਼ਿਫਟਡ ਟੂ ਚੰਡੀਗੜ੍ਹ ਵਿਦ ਇਫੈਕਟ ਫਰੋਮ। ਸੋ ਪਹਿਲਾਂ ਬ੍ਰਿਟਿਸ਼ ਇੰਪਾਇਰ ਨੇ ਕੀ ਕੀਤਾ, ਲਾਹੌਰ ਦੇ ਵਿੱਚ ਹਾਈ ਕੋਰਟ ਇਸਟੈਬਲਿਸ਼ ਕੀਤਾ ਸੀ ਪੰਜਾਬ ਦਾ, ਠੀਕ ਹੈ। ਪਾਰਟੀਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਲਾਹੌਰ ਉੱਧਰ ਚਲਾ ਗਿਆ ਤਾਂ ਇੱਧਰਲੇ ਪੰਜਾਬ ਪ੍ਰੋਵਿੰਸ ਵਾਸਤੇ ਵੀ ਹਾਈ ਕੋਰਟ ਦੀ ਜ਼ਰੂਰਤ ਹੈ। ਸੋ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਕਦੋਂ ਆਇਆ, 1949, 52, 57 ਜਾਂ 55? ਦ ਆਨਸਰ ਇਜ਼ ਸੀ, 1955। ਸੋ ਜਨਵਰੀ 17, 1955 ਐਜ਼ ਏ ਸਕਸੈਸਰ ਆਫ ਦੀ ਪੰਜਾਬ ਹਾਈ ਕੋਰਟ ਨਾਓ ਇਨ ਲਾਹੌਰ ਚੰਡੀਗੜ੍ਹ ਦੇ ਵਿੱਚ ਆਇਆ। ਹੋਰ ਇੱਕ ਕਿਹੜਾ ਇੰਸਟੀਟਿਊਟ ਆਇਆ ਚੰਡੀਗੜ੍ਹ ਦੇ ਵਿੱਚ ਜਿਹੜਾ ਪਹਿਲਾਂ ਲਾਹੌਰ ਦੇ ਵਿੱਚ ਸੀ, ਫਿਰ ਉਹਦਾ ਸਕਸੈਸਰ ਬਣ ਕੇ ਚੰਡੀਗੜ੍ਹ ਦੇ ਵਿੱਚ ਆ ਗਿਆ ਕਿਉਂਕਿ ਲਾਹੌਰ ਉੱਧਰਲੇ ਪੰਜਾਬ 'ਚ ਚਲਾ ਗਿਆ ਸੀ ਅਤੇ ਸਾਨੂੰ ਇੱਧਰਲੇ ਪੰਜਾਬ 'ਚ ਵੀ ਲੋੜ ਸੀ। ਵੈਰੀ ਗੁੱਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸੋ ਦ ਯੂਨੀਵਰਸਿਟੀ ਆਫ ਪੰਜਾਬ ਜਾਂ ਫਿਰ ਪੰਜਾਬ ਯੂਨੀਵਰਸਿਟੀ ਵਾਜ ਫਸਟ ਇਸਟੈਬਲਿਸ਼ਡ ਇਨ ਲਾਹੌਰ। ਫਿਰ ਆਫਟਰ ਪਾਰਟੀਸ਼ਨ ਵੀ ਨੀਡਿਡ ਅ ਪੰਜਾਬ ਯੂਨੀਵਰਸਿਟੀ ਹੇਅਰ, ਸੋ ਪੀ ਯੂ ਚੰਡੀਗੜ੍ਹ ਬਣ ਗਈ, ਠੀਕ ਹੈ ਜੀ। ਅਕਾਲ ਤਖ਼ਤ, ਦੀ ਹਾਈਐਸਟ ਟੈਂਪੋਰਲ ਸੀਟ ਆਫ ਸਿੱਖਿਜ਼ਮ ਵਾਜ ਫਾਊਂਡਡ ਇਨ ਦ ਈਅਰ। ਅਕਾਲ ਤਖ਼ਤ ਕਿੱਥੇ ਆ? ਅਕਾਲ ਤਖ਼ਤ ਵਨ ਆਫ ਦੀ ਫਾਈਵ ਮੇਨ ਤਖ਼ਤ ਔਰ ਵਨ ਆਫ ਦ ਫਾਈਵ ਤਖ਼ਤ, ਅਕਾਲ ਤਖ਼ਤ ਇਜ ਇਟ ਇਜ਼ ਦੀ ਹਾਈਐਸਟ ਟੈਂਪੋਰਲ ਸੀਟ ਆਫ ਸਿੱਖਿਜ਼ਮ। ਇਟ ਵਾਜ ਫਾਊਂਡਡ ਇਨ ਦ ਈਅਰ, ਇਟ ਇਜ਼ ਇਨ ਅੰਮ੍ਰਿਤਸਰ, ਵੈਰੀ ਨੀਅਰ ਟੂ ਦੀ ਗੋਲਡਨ ਟੈਂਪਲ। ਇਫ ਪੀਪਲ ਡੋਂਟ ਨੋ ਦਿਸ, ਇਟ ਇਜ਼ ਇਨ ਦ ਸੇਮ ਕੰਪਲੈਕਸ ਐਜ ਆਫ ਦੀ ਗੋਲਡਨ ਟੈਂਪਲ। ਦੇਰ ਆਰ ਡਿਫਰੈਂਟ ਬਿਲਡਿੰਗਸ ਬਟ ਜਿਹੜਾ ਪੂਰਾ ਹੁਣ ਇੰਟਾਇਰ ਕੰਪਲੈਕਸ ਹੈ ਉਹ ਇੱਕੋ ਹੀ ਹੈ। ਵੈਰੀ ਗੁੱਡ, ਦੀ ਆਨਸਰ ਇਜ਼ ਸੀ, 1609। ਸਾਰੇ 1605 'ਤੇ ਬੈਠੇ ਹੈ, ਇਟ ਇਜ਼ ਸੀ, 1609। ਚਲੋ ਜੀ, ਮੀਰੀ ਐਂਡ ਪੀਰੀ ਰੈਪ੍ਰਜੈਂਟ, ਮੀਰੀ ਐਂਡ ਪੀਰੀ। ਹੁਣ ਮੀਰੀ ਅਤੇ ਪੀਰੀ ਕਿਹਦੀਆਂ ਦੋ ਤਲਵਾਰਾਂ ਦਾ ਨਾਮ ਹੈ, ਜਾਂ ਮੀਰੀ ਦਾ, ਮੀਰੀ ਐਂਡ ਪੀਰੀ ਦਾ ਕੋਨਸੈਪਟ ਕਿਹਨੇ ਦਿੱਤਾ ਸੀ? ਵੈਰੀ ਗੁੱਡ, C is the right answer, but Meeri and Peeri the concept kine ditta si? Shri Guru Har Gobind Sahib Ji ne do talwaran taran kitiyan, ik Meeri di, ik Peeri di. So Meeri da matlab hai temporal, a Arabic word, ameer to baneya hai, matlab jinna kol wealth hai, power hai, ਠੀਕ ਹੈ। ਅਤੇ ਪੀਰੀ ਦਾ ਪੀਰੀ ਵਰਡ ਬਣਿਆ ਪੀਰਾਂ ਫਕੀਰਾਂ ਤੋਂ, ਪੀਰ ਤੋਂ, ਜਿਹਦਾ ਮਤਲਬ ਹੁੰਦਾ ਸਪਿਰਿਚੁਅਲ ਵਿਜ਼ਡਮ, ਸਪਿਰਿਚੁਅਲ ਨੌਲੇਜ, ਠੀਕ ਹੈ। ਸੋ ਮੀਰੀ ਅਤੇ ਪੀਰੀ ਦਾ ਕੀ ਮਤਲਬ ਹੈ? ਟੈਂਪੋਰਲ, ਟੈਂਪੋਰਲ ਦਾ ਮਤਲਬ ਕੀ ਹੈ? ਅਰਥਲੀ, ਜਿਹੜਾ ਇੱਥੇ ਦੁਨਿਆਵੀ, ਦੁਨਿਆਵੀ ਅਤੇ ਇੱਕ ਆਊਟ ਆਫ ਦ ਵਰਲਡ ਵਿਚ ਇਜ਼ ਸਪਿਰਿਚੁਅਲ। ਸੋ ਮੀਰੀ ਦਾ ਵਰਡ ਅਰੇਬਿਕ ਅਮੀਰ ਤੋਂ ਬਣਿਆ ਮੀਰੀ, ਠੀਕ ਹੈ, ਜਿਹਨਾਂ ਕੋਲ ਵੈਲਥ ਹੈ, ਪਾਵਰ ਹੈ, ਪੈਸਾ ਹੈ, ਅਰਥ 'ਤੇ ਕੀ ਚਾਹੀਦਾ, ਇਹੀ ਕੁਛ ਹੈ। ਅਤੇ ਪੀਰ ਬਣਿਆ, ਪੀਰੀ ਬਣਿਆ ਪੀਰਾਂ ਫਕੀਰਾਂ ਤੋਂ, ਜਿਹੜੇ ਕਿ ਸਪਿਰਿਚੁਅਲ ਵਿਜ਼ਡਮ, ਹਾਈਐਸਟ ਆਰਡਰ ਆਫ ਸਪਿਰਿਚੁਅਲ ਵਿਜ਼ਡਮ, ਠੀਕ ਹੈ ਜੀ। ਸੋ ਦੀ ਆਨਸਰ ਇਜ਼ ਸੀ। ਨੈਕਸਟ, ਉਸਤਾਦ ਡੈਸ਼ ਇਜ਼ ਜਨਰਲੀ ਇਕਨੋਲਜ ਟੂ ਬੀ
ਦੀ ਮੋਸਟ ਇਨਫਲੂਐਂਸ਼ੀਅਲ ਐਂਡ ਵੈਲ ਨੋਨ ਐਕਸਪੋਨੈਂਟ ਆਫ ਦੀ ਪਟਿਆਲਾ ਘਰਾਣਾ। ਸੋ ਸਿੰਗਿੰਗ ਦੇ ਵਿੱਚ ਸਾਡੇ ਕੋਲ ਵੱਖਰੇ ਵੱਖਰੇ ਘਰਾਣੇ ਨੇ। ਪੰਜਾਬ ਦਾ ਵੈਰੀ ਓਨ ਕਿਹੜਾ ਹੈ? ਪਟਿਆਲਾ ਘਰਾਣਾ। ਅਤੇ ਪਟਿਆਲਾ ਘਰਾਣਾ ਦੇ ਵਿੱਚ ਇਹਨਾਂ ਵਿੱਚੋਂ ਕਿਹੜੇ ਉਸਤਾਦ ਨੇ ਜਿਹੜੇ ਸਭ ਤੋਂ ਜ਼ਿਆਦਾ ਜਾਣੇ ਮਾਨੇ ਨੇ? ਉਸਤਾਦ ਸ਼ੇਖ ਅਜਮਲ, ਮੁਸ਼ਤਾਕ ਹੁਸੈਨ ਖਾਨ, ਨਾਥਨ ਪੀਰ ਬਖਸ਼, ਜਾਂ ਫਿਰ ਬੜੇ ਗੁਲਾਮ ਅਲੀ ਖਾਨ। ਸੋ ਪਟਿਆਲਾ ਘਰਾਣਾ, ਉਸਤਾਦ ਅਲੀ ਬਖਸ਼, ਉਸਤਾਦ ਫਤਿਹ ਅਤੇ ਬੜੇ ਗੁਲਾਮ ਅਲੀ ਖਾਨ ਸਾਹਿਬ ਜਿਹੜੇ ਨੇ ਉਹ ਪਟਿਆਲਾ ਘਰਾਣਾ ਦੇ ਬਹੁਤ ਹੀ ਮਸ਼ਹੂਰ ਗਾਇਕ ਨੇ। ਸੋ ਆਂਸਰ ਕੀ ਹੈ? ਡੀ, ਬੜੇ ਗੁਲਾਮ ਅਲੀ ਖਾਨ ਸਾਹਿਬ। ਨੈਕਸਟ, ਬਿਲਡ ਬਿਟਵੀਨ 90 to 110 CE ਬਾਏ ਰਾਜਾ ਦੱਬ ਆਫ ਦੀ ਕੁਸ਼ਨਾ ਡਾਇਨੈਸਟੀ, ਇਟ ਇਜ਼ ਬਿਲੀਵਡ ਟੂ ਬੀ ਦੀ ਓਲਡੈਸਟ ਸਰਵਾਈਵਿੰਗ ਫੋਰਟ ਆਫ ਇੰਡੀਆ। ਮੈਮ ਪੰਜਾਬ ਜੀ ਕੇ ਨਹੀਂ ਆਉਂਦੀ, ਗਲਤ ਹੋ ਰਹੇ ਨੇ ਕੁਐਸਚਨ, ਡੋਂਟ ਵਰੀ, ਤੁਹਾਨੂੰ ਇੰਨੇ ਲੈਕਚਰਸ ਦੇ ਦਿੱਤੇ ਗਏ ਨੇ ਪੰਜਾਬ ਜੀ ਕੇ ਤੇ, ਬਸ ਰਿਵੀਜ਼ਨ ਕਰਦੇ ਰਹੋ, ਪ੍ਰੈਕਟਿਸ ਕਰਦੇ ਰਹੋ, ਆ ਜਾਏਗੀ। ਨੋਟਸ ਬਣਾਓ, ਜਿੰਨੀਆਂ ਵੀ ਵੀਡੀਓਜ਼ ਹੁਣ ਤੱਕ ਆ ਚੁੱਕੀਆਂ ਸਾਰੀਆਂ ਅੱਛੀ ਤਰ੍ਹਾਂ ਦੇਖੋ, ਨੋਟਸ ਬਣਾਓ, ਰਿਵੀਜ਼ਨ ਕਰੋ, ਪ੍ਰੈਕਟਿਸ ਕਰੋ, ਆ ਜਾਏਗੀ, ਡੋਂਟ ਵਰੀ, ਹੈਗੇ ਹਲੇ ਪੇਪਰ 'ਚ ਟਾਈਮ। ਚਲੋ ਜੀ, ਓਲਡੈਸਟ ਸਰਵਾਈਵਿੰਗ ਫੋਰਟ ਆਫ ਇੰਡੀਆ, ਇਟ ਇਜ਼ ਬਿਲੀਵ ਟੂ ਬੀ ਦੀ ਓਲਡੈਸਟ ਸਰਵਾਈਵਿੰਗ ਫੋਰਟ ਆਫ ਇੰਡੀਆ, ਅਤੇ ਕਦੋਂ ਬਣੇ? 90 to 110 CE ਦੇ ਵਿੱਚ। ਕਿਲ੍ਹਾ ਬੁਰੈਲ, ਕਿਲ੍ਹਾ ਮੁਬਾਰਕ, ਕਿਲ੍ਹਾ ਬਹਾਦੁਰਗੜ੍ਹ, ਕਿਲ੍ਹਾ ਰੋਹਤਾਸ। ਸੋ ਕੁਸ਼ਨਾ ਡਾਇਨੈਸਟੀ ਪੰਜਾਬ ਦੀ, ਜਦੋਂ ਆਪਾਂ ਏਸ਼ੀਅਨ ਮਿਡੀਵਲ ਹਿਸਟਰੀ ਦੇਖਦੇ ਹਾਂ ਤਾਂ ਉਹਦੇ ਵਿੱਚ ਕੁਸ਼ਨਾ ਡਾਇਨੈਸਟੀ ਜਿਹੜਾ ਹੈ ਉਹ ਆਉਂਦਾ ਹੈ। ਚਲੋ ਜੀ ਫਟਾਫਟ, ਹੁਣ ਇਹਦੇ ਵਿੱਚੋਂ ਕਿੰਨੇ ਕੁਐਸਚਨ ਬਣ ਗਏ? ਕਦੋਂ ਬਣਿਆ ਸੀ? 90 to 110 CE। ਕਿੰਨੇ ਬਣਾਇਆ? ਰਾਜਾ ਦੱਬ ਨੇ ਬਣਾਇਆ। ਕਿਹੜੀ ਡਾਇਨੈਸਟੀ ਸੀ? ਕੁਸ਼ਨਾ ਡਾਇਨੈਸਟੀ ਸੀ। ਫੋਰਟ ਦਾ ਨਾਮ ਕੀ ਹੈ? ਚਾਰ ਕੁਐਸਚਨ ਬਣ ਗਏ। ਆਲਸੋ ਓਲਡੈਸਟ, ਬਿਲੀਵ ਟੂ ਬੀ ਦੀ ਓਲਡੈਸਟ ਸਰਵਾਈਵਿੰਗ ਫੋਰਟ, ਪੰਜ ਕੁਐਸਚਨ। ਦੀ ਆਂਸਰ ਇਜ਼ ਬੀ, ਕਿਲ੍ਹਾ ਮੁਬਾਰਕ। ਠੀਕ ਹੈ ਜੀ, ਇੱਕ ਕੁਐਸਚਨ ਦੇ ਵਿੱਚੋਂ ਤੁਸੀਂ ਦੇਖੋ ਕਿੰਨੇ ਕੁਐਸਚਨ ਨਿਕਲ ਕੇ ਆ ਰਹੇ ਹੈ। ਇਹਦੇ ਨੋਟਸ ਬਣਾਓ, ਪ੍ਰੈਕਟਿਸ ਕਰੋ, ਠੀਕ ਹੈ? ਚਲੋ, ਸੋ ਦੀ ਆਂਸਰ ਇਜ਼ ਬੀ, ਕਿਲ੍ਹਾ ਮੁਬਾਰਕ। ਨੈਕਸਟ, ਫਾਊਂਡਰ ਆਫ ਦੀ ਆਲੂਵਾਲੀਆ ਮਿਸਲ, ਫਾਊਂਡਰ ਆਫ ਦੀ ਆਲੂਵਾਲੀਆ ਮਿਸਲ। ਮਿਸਲਸ ਦਾ ਕੁਐਸਚਨ ਬਹੁਤ ਇੰਪੋਰਟੈਂਟ ਆਉਂਦਾ ਐਗਜ਼ਾਮਸ ਦੇ ਵਿੱਚ, ਬਹੁਤ ਫ੍ਰੀਕੁਐਂਟਲੀ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ। ਸੋ ਜ਼ਰੂਰ ਕਰਕੇ ਜਾਣਾ, ਮਿਸਲ ਦਾ ਨਾਮ, ਉਹਦੇ ਫਾਊਂਡਰ, ਕਿਹੜੀ ਜਗ੍ਹਾ। ਵੈਰੀ ਗੁੱਡ, ਸੋ ਜੱਸਾ ਸਿੰਘ ਆਲੂਵਾਲੀਆ, ਫਾਊਂਡਰ ਆਫ ਦੀ ਆਲੂਵਾਲੀਆ ਮਿਸਲ, ਬਿਲਕੁਲ ਠੀਕ। ਚਲੋ ਜੀ ਨੈਕਸਟ, ਸ਼ਿਵਾਲਿਕ ਹਿਲਸ ਫੋਰਮ ਦੀ ਈਸਟਰਨ ਬਾਉਂਡਰੀ ਆਫ ਦ ਸਟੇਟ ਐਂਡ ਦ ਸੈਮੀ ਹਿਲੀ ਏਰੀਆ ਇਨ ਦਿਸ ਪਾਰਟ ਇਜ਼ ਲੋਕਲੀ ਨੋਨ ਐਜ ਡੈਸ਼ ਏਰੀਆ। ਸੋ ਸਾਨੂੰ ਪਤਾ ਹੈ ਕਿ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਇੱਕ ਸੈਮੀ ਹਿਲੀ ਏਰੀਆ, ਸ਼ਿਵਾਲਿਕ ਹਿਲਸ ਜਿਹੜੀ ਹੈ ਈਸਟਰਨ ਬਾਉਂਡਰੀ। ਕੀ ਕੁਐਸਚਨ ਹੋ ਗਿਆ? ਈਸਟਰਨ ਬਾਉਂਡਰੀ ਆਫ ਦ ਸਟੇਟ ਕੀ ਹੈ ਤੇ ਸ਼ਿਵਾਲਿਕ ਹਿਲਸ ਕਿਹੜੀ ਬਾਉਂਡਰੀ ਫੋਰਮ ਕਰਦੇ? ਈਸਟਰਨ ਬਾਉਂਡਰੀ। ਤੇ ਸੈਮੀ ਹਿਲੀ ਏਰੀਆ ਨੂੰ ਕੀ ਕਿਹਾ ਜਾਂਦਾ ਹੈ? ਪੋਰਟ, ਕੰਡੀ, ਝੱਜ, ਸ਼ਾਲਾ। ਲੋਕਲ ਨਾਮ ਕੀ ਹੈ ਇਸ ਏਰੀਆ ਦਾ? ਪੋਰਟ, ਕੰਡੀ, ਝੱਜ, ਸ਼ਾਲਾ। ਵੈਰੀ ਗੁੱਡ, ਦੀ ਆਂਸਰ ਇਜ਼ ਬੀ, ਦ ਕੰਡੀ ਏਰੀਆ। ਸੋ ਪੋਰਟ ਪੋਠੋਹਾਰ ਵਾਲੇ ਪਾਸੇ ਦਾ ਚਲਾ ਗਿਆ, ਝੱਜ ਤੇ ਸ਼ਾਲਾ,
are also somewhere in Punjab, where I am not sure of the location, but Kandi is the one which is near to Shivalik Hills. Okay, the Punjab police was established in, so 18 dekh ke lag hi gaya hoga pata ki it is very very old. Punjab police was established in 1859, 1861, 1876 ya fir 1892. Punjab police was founded or established in, the answer to this is B, 1861. So kafi purani. Very good, Sachin. 1861 is the right answer. Hola Mahalla festival is celebrated at. So, Holi de aas paas, Sikha da ik festival manaya janda hai, jisnu kya janda hai, Hola Mahalla. Theek hai, eh festival kithe manaya janda hai? Amritsar, Dera Baba Nanak, Hushyarpur, ya fir Anandpur Sahib. Very good, Deepshika. Your answer is right. 1861, Punjab police, theek hai. चलो हुण देखो नेक्स्ट क्वेश्चन. राइट, सो होला महला मनाया जाता है आनंदपुर साहिब दे विच. राइट रवनीत, चलो जी डी इज द राइट आंसर. नेक्स्ट, इन डैश द स्टेट्स ऑफ Pepsu had been merged with Punjab. Pepsu, the definition ya full form pichli baar kitti si? What is Pepsu? Pichli class vich Pepsu di full form vi kitti si discuss. So Pepsu da merger kado hoya hai Punjab de vich? The answer is B, 1957. सब 1956 कह रहे हैं. जिहड़ा मर्जर अग्रीमेंट फाइनल होया सी इट वाज 1957, पटियाला एंड ईस्ट पंजाब स्टेट यूनियन. चलो जी, विच गुरु रोट दी सुखमनी साहिब? विच गुरु रोट ਦੀ ਸੁਖਮਨੀ ਸਾਹਿਬ ਦੀ ਬਾਣੀ ਕਿਹੜੇ ਗੁਰੂ ਸਾਹਿਬਾਨ ਨੇ ਦਿੱਤੀ ਹੈ? ਵਿਦ ਰਿਸਪੈਕਟ ਟੂ ਦ ਲਾਸਟ ਕੁਐਸਚਨ, ਲੈਟ ਮੀ ਕਲੀਅਰ ਦਿਸ. 1956 ਨਵੰਬਰ ਦੇ ਵਿੱਚ ਇਹ ਮਰਜਰ ਦੀ ਡਿਸਕਸ਼ਨ ਜਿਹੜੀ ਹੈ ਹੋ ਗਈ ਸੀ, ਲੇਕਿਨ ਐਕਚੁਅਲ ਮਰਜਰ ਜਿਹੜਾ ਹੈ ਉਹ 1957 ਤੋਂ ਆਈ ਗੈਸ ਵਿਦ ਇਫੈਕਟ ਫਰੋਮ ਜੁਲਾਈ 1957 ਹੋਇਆ ਸੀ. ਬਟ ਆਈ ਵਿਲ ਅਗੇਨ ਮੇਕ ਸ਼ੋਰ ਆਫ ਦਿਸ. ਹਲੇ ਲਈ ਆਪਾਂ ਇਸ ਕੁਐਸਚਨ ਨੂੰ ਕੈਂਸਲ ਕਰ ਦਿੰਦੇ ਹਾਂ, ਠੀਕ ਹੈ ਜੀ? ਸੋ ਦ ਥਿੰਗ ਇਜ਼, ਮਰਜਰ ਫਾਈਨਲ ਨਵੰਬਰ ਈਅਰ ਐਂਡ 'ਤੇ ਹੋਇਆ ਸੀ, ਅਤੇ ਮਰਜਰ ਹੋਇਆ ਸ਼ਾਇਦ ਅਗਲੇ ਸਾਲ ਦੇ ਵਿੱਚ ਸੀ, ਇਸ ਲਈ ਈਅਰਸ ਦੀ ਕਨਫਿਊਜ਼ਨ ਹੋ ਰਹੀ ਹੈ. ਆਈ ਵਿਲ ਕਨਫਰਮ ਐਂਡ ਗੈਟ ਬੈਕ ਟੂ ਯੂ. ਬੁੱਕ ਦੇ ਵਿੱਚ 56 ਹੈ, ਠੀਕ ਹੈ. ਇਟਸ ਬਿਕੋਜ਼ ਜਦੋਂ ਗਵਰਨਮੈਂਟ ਦੀ ਕੋਈ ਵੀ ਪ੍ਰੋਸੀਜਰ ਹੁੰਦਾ,
ਸੋ ਡਿਸਾਈਡ ਹੋਣ ਨੂੰ, ਐਕਟ ਪਾਸ ਹੋਣ ਨੂੰ ਟਾਈਮ ਲੱਗਦਾ ਤੇ ਐਕਚੁਅਲ ਇੰਪਲੀਮੈਂਟੇਸ਼ਨ ਹੋਣ ਨੂੰ ਟਾਈਮ ਲੱਗਦਾ। ਸੋ ਇਸ ਲਈ ਹੋ ਸਕਦਾ ਸਾਲਾਂ ਦੀ ਜਿਹੜੀ ਹੈ ਕਨਫਿਊਜ਼ਨ ਹੋ ਗਈ ਹੋਵੇ। ਆਂਸਰ ਕੀ ਵਿੱਚ 56 ਮੰਨਦੇ ਆ, ਠੀਕ ਹੈ ਜੀ ਆਪਾਂ 1956 ਮੰਨ ਲਾਂਗੇ, ਬਟ ਫਿਰ ਵੀ ਆਈ ਵਿਲ ਕਨਫਰਮ ਐਂਡ ਗੈਟ ਬੈਕ ਟੂ ਯੂ, ਠੀਕ ਹੈ ਜੀ। ਚਲੋ ਸੁਖਮਨੀ ਸਾਹਿਬ ਕਿਹੜੇ ਗੁਰੂ ਸਾਹਿਬਾਨ ਨੇ ਦਿੱਤੀ ਹੈ? ਦੀ ਆਂਸਰ ਟੂ ਦਿਸ ਇਜ਼ ਸੀ, ਗੁਰੂ ਅਰਜਨ ਦੇਵ ਜੀ। ਚਲੋ ਜੀ, ਵਿਚ ਸਿਟੀ ਵਾਜ਼ ਦ ਕੈਪੀਟਲ ਆਫ ਪੰਜਾਬ ਬਿਫੋਰ ਇੰਡੀਆ ਗੋਟ ਇਟਸ ਇੰਡੀਪੈਂਡੈਂਸ? ਇਸਲਾਮਾਬਾਦ, ਦਿੱਲੀ, ਚੰਡੀਗੜ੍ਹ, ਲਾਹੌਰ? ਸੋ ਇਹ ਕੁਐਸਚਨ ਤਾਂ ਮੈਂ ਬਾਰ ਬਾਰ ਕਰਵਾ ਚੁੱਕੀ ਹਾਂ, ਇਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। Right, so the answer is D, Lahore. So before India got its independence, वैसे जे after India got its independence आ जे, फिर भी चंडीगढ़ is not the right answer, ठीक है? After independence, केड़ी सी स्टेट? लाहौर was before independence. चंडीगढ़ तो पहला पंजाब का capital केड़ा सी? Very good, Shimla. So right after independence, the capital of Punjab was Shimla, because Punjab, Shimla already summer capital declared si. So the full time capital bana ditta gaya, phir thode saalan to baad Chandigarh nu capital bana ditta gaya Punjab da. Phir Punjab and Haryana jadon vakhra vakhra hoya, so Punjab and Haryana dono da capital is the union territory. Chandigarh, which is not a part of both the states, it's a union territory. Chalo, out of the 5 Sikh takhats, how many are there in Punjab? Te tusi mainu ohna de naam vi dassne hai. Chalo ji fatafat. So hun sanu eh pata hai kinne Sikh takat ne total? 5. Ohna vichon Punjab vich kinne ne? Very good. Jyoti, Ravneet, Nivedita, Sachin, say 3. Name all those 3. Je tusi keh rahe ho 3, ta sare tinna de naam vi dassne hai te jagah vi dassni hai. Fatafat. ਪੰਜਾਬ ਦੇ ਵਿੱਚ ਦੇਅਰ ਆਰ 3 ਤਖਤ, ਅਕਾਲ ਤਖਤ ਸਾਹਿਬ ਇਨ ਅੰਮ੍ਰਿਤਸਰ, ਕੇਸਗੜ੍ਹ ਸਾਹਿਬ, ਵੇਅਰ ਇਜ਼ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਅਤੇ ਨੈਕਸਟ ਪੰਜਾਬ ਦੇ ਵਿੱਚ 3 ਤਖਤ ਨੇ। ਚਲੋ, ਤਖਤ ਸ਼੍ਰੀ ਦਮਦਮਾ ਸਾਹਿਬ ਵਿਚ ਇਜ਼ ਨੀਅਰ ਤਲਵੰਡੀ ਸਾਬੋ। So there are 3, the rest 2, where are the rest 2? Baki 2 takhat ne Patna Sahib te Takhat Shri. Hanji, rest 2, jede 2 Punjab to bahar ne Nanded Sahib, which is Hazur Sahib, which is in Nanded. So Patna Sahib is in Patna and ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਇਜ਼ ਇਨ ਨੰਦੇੜ, ਅਬਚਲ ਨਗਰ, ਰਾਈਟ? ਪਟਨਾ ਸਾਹਿਬ ਇਨ ਬਿਹਾਰ, ਵੈਰੀ ਗੁੱਡ। ਸੋ 5 ਸਿੱਖ ਤਖ਼ਤ, ਉਹਦੇ ਵਿੱਚੋਂ 3 ਪੰਜਾਬ ਦੇ ਵਿੱਚ ਨੇ ਅਤੇ 2 ਪੰਜਾਬ ਦੇ ਬਾਹਰ ਨੇ, 1 ਪਟਨਾ ਸਾਹਿਬ ਬਿਹਾਰ ਅਤੇ 1 ਹਜ਼ੂਰ ਸਾਹਿਬ ਨੰਦੇੜ। ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਨਾਲ ਰਿਲੇਟਡ ਨੇ? ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਿਹੜੇ ਨੰਦੇੜ, ਜਿਹਨੂੰ ਆਪਾਂ ਨੰਦੇੜ ਸਾਹਿਬ ਵੀ ਕਹਿੰਦੇ ਹਾਂ, ਕਿਹੜੇ ਗੁਰੂ ਸਾਹਿਬਾਨ ਨਾਲ ਰਿਲੇਟਡ ਨੇ?
ਵੈਰੀ ਗੁੱਡ। ਸੋ ਤੁਸੀਂ ਇਹ ਯਾਦ ਰੱਖ ਲਓ, ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਇੱਕ ਬਰਥ ਪਲੇਸ ਅਤੇ ਇੱਕ ਜਿੱਥੇ ਉਹ ਜੋਤੀ ਜੋਤ ਸਮਾਏ ਸਨ। ਸੋ ਗੁਰੂ ਗੋਬਿੰਦ ਸਿੰਘ ਜੀ 10th ਗੁਰੂ ਨਾਲ ਰਿਲੇਟਡ ਨੇ, ਉਹ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ। ਓਕੇ, ਚੱਕ ਨਾਨਕੀ ਫਾਊਂਡਡ ਬਾਈ ਗੁਰੂ ਤੇਗ ਬਹਾਦਰ ਜੀ ਲੇਟਰ ਬਿਕੇਮ ਫੇਮਸ ਐਜ਼। ਹਾਂਜੀ ਰਵਨੀਤ, ਕਿਹੜੀ ਸਥਾਨ ਜੋ ਕਿ ਗੁਰੂ ਤੇਗ ਬਹਾਦਰ ਜੀ ਨੇ ਜਿਸਦੀ ਫਾਊਂਡੇਸ਼ਨ ਕੀਤੀ ਹੈ, ਫਾਊਂਡ ਕੀਤਾ, ਇਸਟੈਬਲਿਸ਼ ਕੀਤਾ, ਜਿਸ ਨੂੰ ਪਹਿਲਾਂ ਚੱਕ ਨਾਨਕੀ ਵੀ ਕਿਹਾ ਜਾਂਦਾ ਸੀ? ਸੋ ਦੀ ਆਨਸਰ ਇਜ਼ ਅਨੰਦਪੁਰ ਸਾਹਿਬ, ਗੋਬਿੰਦਵਾਲ ਸਾਹਿਬ, ਖਡੂਰ ਸਾਹਿਬ ਜਾਂ ਫਿਰ ਫਤਿਹਗੜ੍ਹ ਸਾਹਿਬ। ਦੀ ਆਨਸਰ ਇਜ਼ ਏ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਕਿਹਨੇ ਫਾਊਂਡ ਕੀਤਾ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਅਤੇ ਉਹਦਾ ਪਹਿਲੇ ਨਾਮ ਕੀ ਸੀ? ਚੱਕ ਨਾਨਕੀ। ਸੋ ਤਿੰਨ ਕੁਐਸਚਨ ਹੋ ਗਏ। ਚੱਕ ਨਾਨਕੀ ਕਿਹਦਾ ਪਹਿਲਾ ਨਾਮ ਹੈ? ਅਨੰਦਪੁਰ ਸਾਹਿਬ ਦਾ। ਕਿੰਨੇ ਫਾਈਨ ਕੀਤੇ? ਗੁਰੂ ਤੇਗ ਬਹਾਦਰ ਸਾਹਿਬ ਜੀ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇਜ਼ ਲੋਕੇਟਡ ਐਟ? ਗੁਰੂ ਨਾਨਕ ਦੇਵ ਥਰਮਲ ਪਲਾਂਟ ਇਜ਼ ਲੋਕੇਟਡ ਐਟ ਰੋਪੜ, ਪਟਿਆਲਾ, ਬਠਿੰਡਾ, ਹੁਸ਼ਿਆਰਪੁਰ। ਦੀ ਆਨਸਰ ਇਜ਼ ਸੀ ਬਠਿੰਡਾ। ਸੋ ਸਾਡਾ ਬਠਿੰਡਾ ਥਰਮਲ ਪਲਾਂਟ ਹੈ, ਉਹਦਾ ਕੀ ਨਾਮ ਹੈ? ਗੁਰੂ ਨਾਨਕ ਦੇਵ ਥਰਮਲ ਪਲਾਂਟ। ਠੀਕ ਹੈ ਜੀ, ਟੂ ਕੁਐਸਚਨਸ। ਸੋ ਵਿਦ ਦੈਟ ਵੀ ਐਂਡ ਟੂਡੇ ਸੈਸ਼ਨ। ਆਈ ਹੋਪ ਤੁਹਾਨੂੰ ਹੈਲਪਫੁਲ ਲੱਗਿਆ ਹੋਵੇ, ਨੌਲੇਜਬਲ ਲੱਗਿਆ ਹੋਵੇ, ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋਇਆ ਅਤੇ ਪ੍ਰੈਕਟਿਸ ਹੋ ਗਈ ਵਧੀਆ। ਠੀਕ ਹੈ, ਨਾਓ ਲੈਟ ਮੀ ਟੈਲ ਯੂ ਅਬਾਊਟ ਦੀ ਪੰਜਾਬ ਕੋਰ ਬੈਚ। ਜੇ ਤੁਸੀਂ ਪੰਜਾਬ ਕੋਰ ਬੈਚ ਜੁਆਇਨ ਕਰਦੇ ਹੋ ਤਾਂ ਤੁਸੀਂ ਇਹ ਸਾਰੇ ਇਗਜ਼ਾਮਸ ਦੇ ਲਈ ਐਲੀਜੀਬਲ ਹੋ ਜਾਂਦੇ ਹੋ। ਗ੍ਰਾਮ ਸੇਵਕ, ਫੋਰੈਸਟ ਗਾਰਡ, ਨਾਇਬ ਤਹਿਸੀਲਦਾਰ, ਐਕਸਾਈਜ਼ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਕੋਆਪਰੇਟਿਵ ਬੈਂਕ, ਪੰਜਾਬ ਪੁਲਿਸ। ਤੁਹਾਨੂੰ ਵੱਖਰੇ ਵੱਖਰੇ ਬੈਚਸ ਨਹੀਂ ਖਰੀਦਣੇ ਪੈਣਗੇ, ਇੱਕ ਬੈਚ ਦੇ ਵਿੱਚ ਤੁਹਾਨੂੰ ਐਲੀਜੀਬਿਲਿਟੀ ਮਿਲ ਜਾਏਗੀ ਇਹਨਾਂ ਦੀਆਂ ਵੀ ਕਲਾਸਿਸ ਅਤੇ ਸਬਜੈਕਟਸ ਦੀਆਂ ਜਿਹੜੀਆਂ ਜਿਹੜੇ ਵੀ ਲੈਕਚਰਸ ਹੋਣਗੇ ਉਹ ਅਟੈਂਡ ਕਰਨ ਦੀ। ਯੂ ਹੈਵ ਕੋਡ LP ਜਪਲੀਨ ਫੋਰ ਐਡੀਸ਼ਨਲ ਡਿਸਕਾਊਂਟ। ਜਦੋਂ ਤੁਸੀਂ ਬੈਚ ਖਰੀਦਣੇ, ਤੁਸੀਂ ਜਾਣੇ launchpadeducation.in 'ਤੇ, ਇੱਦਾਂ ਤੁਹਾਡੇ ਕੋਲ ਸਾਰੇ ਕੋਰਸਿਸ, ਸਾਰੇ ਬੈਚ ਦੀ ਇਨਫੋਰਮੇਸ਼ਨ ਆ ਜਾਏਗੀ। ਇਹ ਹੈ ਜੀ ਪੰਜਾਬ ਕੋਡ ਬੈਚ, ਤੁਸੀਂ ਇਸਨੂੰ ਐਡ ਟੂ ਕਾਰਟ ਕਰਕੇ LP ਜਪਲੀਨ ਕੋਡ ਲਗਾਉਣਾ ਅਤੇ ਤੁਹਾਨੂੰ ਐਡੀਸ਼ਨਲ ਡਿਸਕਾਊਂਟ ਜੋ ਹੈ ਉਹ ਮਿਲੇਗਾ। ਠੀਕ ਹੈ, ਯੂ ਆਰ ਵੈਲਕਮ ਰਵਨੀਤ। ਸੋ ਆਈ ਹੋਪ ਯੂ ਇੰਜੋਇਡ ਇਟ। ਜੇ ਤੁਹਾਨੂੰ ਮਜ਼ਾ ਆਇਆ ਤਾਂ ਪਲੀਜ਼ ਸੈਸ਼ਨ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਫੈਮਿਲੀ ਮੈਂਬਰਸ ਨਾਲ, ਤਾਂ ਕਿ ਪੰਜਾਬ GK 'ਚ ਉਹਨਾਂ ਦਾ ਵੀ ਵਾਧਾ ਹੋਵੇ, ਅਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਣਾ। ਜੇ ਤੁਹਾਨੂੰ ਸੈਸ਼ਨ ਪਸੰਦ ਆਇਆ, ਤੁਸੀਂ ਚਾਹੁੰਦੇ ਹੋ ਅਸੀਂ ਹੋਰ ਇਹੋ ਜਿਹੇ ਸੈਸ਼ਨ ਲੈ ਕੇ ਆਈਏ ਤੁਹਾਡੇ ਲਈ, ਤਾਂ ਇੱਕ ਫੀਡਬੈਕ ਵਜੋਂ ਕਮੈਂਟ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕੁਛ ਆਪਣਾ ਫੀਡਬੈਕ ਜੋ ਹੈ ਉਹ ਦੇ ਕੇ ਜਾਣਾ। ਉਹਦੇ ਨਾਲ ਉਹੀ ਸਾਡੀ ਮੋਟੀਵੇਸ਼ਨ ਹੈ, ਅਤੇ ਉਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਨੂੰ ਕੀ ਪਸੰਦ ਆ ਰਿਹਾ, ਕੀ ਇੰਪਰੂਵਮੈਂਟ ਤੁਸੀਂ ਐਕਸਪੈਕਟ ਕਰ ਰਹੇ ਹੋ, ਕਿਹੜੇ ਟੋਪਿਕ ਸਾਨੂੰ ਕਵਰ ਕਰਨੇ ਚਾਹੀਦੇ ਆ। ਠੀਕ ਹੈ, ਯੂ ਵੈਲਕਮ ਨਿਵੇਦਿਤਾ ਐਂਡ ਸਚਿਨ, ਐਂਡ ਥੈਂਕ ਯੂ ਆਲ ਫੋਰ ਬੀਇੰਗ ਪ੍ਰੈਜੈਂਟ ਇਨ ਦ ਕਲਾਸ। ਟੇਕ ਗੁੱਡ ਕੇਅਰ ਆਫ ਯੋਰਸੈਲਫ, ਸਟੇ ਸੇਫ, ਸਟੇ ਹੈਲਦੀ। ਸੀ ਯੂ ਸੂਨ।